ਫਾਜ਼ਿਲਕਾ ਦੇ ਪਿੰਡ ਮਾਹੂਆਣਾ ਦੀ ਇੱਕ ਮਹਿਲਾ ਨੇ ਇੱਕ ਵਿਅਕਤੀ ਤੇ ਉਸ ਦਾ ਅਪਹਰਨ ਕਰਕੇ ਲਗਾਏ ਦੁਸ਼ਕਰਮ ਕਰਨ ਦੇ ਆਰੋਪ। ਮਹਿਲਾ ਦਾ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਮੈਡੀਕਲ। ਫਾਜ਼ਿਲਕਾ ਦੇ ਪਿੰਡ ਮਾਹੂਆਣਾ ਦੀ ਨਿਵਾਸੀ ਇੱਕ ਮਹਿਲਾ ਵੱਲੋਂ ਇੱਕ ਵਿਅਕਤੀ ਤੇ ਉਸ ਦਾ ਅਪਹਰਨ ਕਰਕੇ 4 ਮਹੀਨਿਆਂ ਤੱਕ ਉਸ ਦੇ ਨਾਲ ਨਸ਼ਾ ਦੇ ਕੇ ਦੁਸ਼ਕਰਮ ਕਰਨ ਦੇ ਆਰੋਪ ਲਗਾਏ ਹਨ। ਮਹਿਲਾ ਵੱਲੋਂ ਅੱਜ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਆਪਣਾ ਮੈਡੀਕਲ ਕਰਵਾਇਆ ਗਿਆ ਅਤੇ ਆਰੋਪੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਮਹਿਲਾ ਦਾ ਕਹਿਣਾ ਕਿ ਉਹ ਦਿਹਾੜੀ ਦਾ ਕੰਮ ਕਰਦੀ ਹੈ ਅਤੇ ਉਹ 4 ਮਹੀਨੇ ਪਹਿਲਾਂ ਦਿਹਾੜੀ ਤੇ ਜਾ ਰਹੀ ਸੀ ਤਾਂ ਇੱਕ ਵਿਅਕਤੀ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਦਾ ਅਪਹਰਨ ਕਰ ਲਿਆ ਗਿਆ ਅਤੇ ਉਸ ਨੂੰ ਨਸ਼ਾ ਦੇ ਕੇ ਉਸ ਦੇ ਨਾਲ 4 ਮਹੀਨਿਆਂ ਤੱਕ ਦੁਸ਼ਕਰਮ ਕੀਤਾ ਗਿਆ। ਉਸਨੇ ਕਿਹਾ ਕਿ 3-4 ਦਿਨ ਪਹਿਲਾਂ ਉਹ ਲੋਕ ਉਸ ਨੂੰ ਡੱਬ ਵਾਲਾ ਕਲਾ ਪਿੰਡ ਦੇ ਕੋਲ ਛੱਡ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਉਹ ਆਪਣੇ ਘਰ ਪਹੁੰਚੀ ਅਤੇ ਪੂਰੀ ਵਿਅਥਾ ਸੁਣਾਈ ਅਤੇ ਉਸ ਤੋਂ ਬਾਅਦ ਅੱਜ ਉਸ ਦਾ ਮੈਡੀਕਲ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਗਿਆ। ਮਹਿਲਾ ਵੱਲੋਂ ਆਰੋਪੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। 4 ਮਹੀਨੇ ਹੋ ਗਏ ਪੁੰਡਾ ਪਿੰਡ ਦਾ ਹੈਗਾ ਸੋਨੂ ਨਾਂ ਹੁੰਦਾ, 4 ਮਹੀਨੇ ਹੋ ਗਏ ਗਾਇਬ ਕੀਤੀ ਰੱਖਿਆ, ਟੀਕੇ ਡੁਕੇ ਨਸ਼ੇ ਦੇ ਲਵਾਉਂਦੇ ਰਹੇ ਨੇ, ਗੋਲੀਆਂ ਦਿੰਦੇ ਰਹੇ ਨੇ, ਕੋਈ ਪਤਾ ਨਹੀਂ ਲੱਗਿਆ। ਅੱਛਾ, ਆ 4th ਦਿਨ ਹੋ ਗਿਆ ਨਾ ਮੈਨੂੰ ਇੱਥੇ ਛੱਡ ਕੇ ਡੱਬ ਵਾਲੀ ਸਕੂਲਾਂ ਆ ਗਏ ਨੇ, ਹੌਲੀ ਹੌਲੀ ਹੋਸ਼ ਆਈ ਹੈ, ਘਰੇ ਪਹੁੰਚੀ। ਕੀ ਕੰਮ ਕੀ ਕਰਦੇ ਤੁਸੀਂ? ਦਿਹਾੜੀ ਦੇ ਉੱਪਰ ਕਰਦੇ। ਅੱਛਾ, ਮਤਲਬ ਤੁਸੀਂ ਦਿਹਾੜੀ ਜਾਂਦੇ ਸੀਗੇ? ਅੱਛਾ, ਦਿਹਾੜੀ ਲੈ ਕੇ ਤੁਹਾਨੂੰ ਫਿਰ ਉੱਥੇ ਜਾ ਕੇ? ਉੱਥੇ ਜਾ ਕੇ ਨੰਬਰ ਦਬਲ ਜੀ ਕਰਦਾ ਸੀਗਾ। ਅੱਛਾ, ਇੱਕੋ ਹੀ ਮੁੰਡਾ ਸੀ? ਮੁੰਡਾ ਇੱਕੋ ਹੀ ਹੈ। ਅੱਛਾ, ਨਾ ਨਸ਼ੇ ਪੱਤੇ ਕਰਦਾ। ਅੱਛਾ ਜੀ, ਹਾਂਜੀ। ਫਿਰ ਤੁਹਾਨੂੰ ਕਦੋਂ ਹੋਸ਼ ਆਇਆ? ਮੈਨੂੰ ਹੋਸ਼ ਆਇਆ 3-4 ਮਹੀਨੇ ਬਾਅਦ ਆਇਆ। 4 ਮਹੀਨੇ ਤੁਹਾਨੂੰ ਰੱਖੀ ਰੱਖਿਆ ਉੱਥੇ? ਹਾਂਜੀ। ਅੱਛਾ ਜੀ, 4 ਮਹੀਨੇ ਰੱਖੀ ਰੱਖਿਆ, ਨਾ ਜਮਾਂ ਗੋਲੀਆਂ ਦੇ ਦਿੰਦੇ ਸੀ, ਨਾ ਕੋਈ ਰੋਟੀ ਨਾ ਕੋਈ ਪਾਣੀ, ਗੋਲੀਆਂ ਦੇ। ਕੋਈ ਗਲਤ ਕੰਮ ਵੀ ਕੀਤਾ ਤੁਹਾਡੇ ਨਾਲ? ਹਾਂਜੀ। ਅੱਛਾ, ਕਿੰਨੇ ਜਣਿਆਂ ਨੇ ਕੀਤਾ? ਇਹ ਇਕੱਲਾ ਹੀ ਹੈਗਾ ਸੀ, ਪਰ ਮੈਨੂੰ ਨਸ਼ੇ 'ਚ ਨਹੀਂ ਪਤਾ। ਹੋਰ ਵੀ ਕਰਾਉਂਦਾ ਸੀ ਕਿਸੇ ਤੋਂ? ਪਤਾ ਨਹੀਂ, ਇੰਨਾ ਨਹੀਂ ਪਤਾ, ਨਸ਼ਾ ਹੈਗਾ ਸੀ ਬਹੁਤ ਜ਼ਿਆਦਾ। ਅੱਛਾ, ਹੁਣ ਤੁਸੀਂ ਅੱਜ ਇੱਥੇ ਫਾਜ਼ਿਲਕਾ ਹਸਪਤਾਲ ਜਾਏ ਕਿਵੇਂ ਆਏ ਸੀ? ਅਸਾਂ ਮੈਡੀਕਲ ਕਰਾਉਣ ਆਏ। ਅੱਛਾ, ਪੁਲਿਸ ਨੂੰ ਇਤਲਾਹ ਦੇਤੀ ਹੈ ਤੁਸੀਂ? ਹਾਂਜੀ, ਇਹ ਪਰਚਾ ਗਿਆ ਚਲਾ। ਤੇ ਮੁੰਡੇ ਦਾ ਨਾਮ ਪਤਾ ਕੌਣ ਸੀ? ਹਾਂਜੀ, ਸੋਨੂ ਮੁੰਡਾ। ਸੋਨੂ ਮੁੰਡਾ, ਉਹ ਕਿੱਥੋਂ ਦਾ ਰਹਿਣ ਵਾਲਾ ਹੈ? ਮਾਹੂ ਵਾਲੇ ਦਾ। ਅੱਛਾ, ਤੁਹਾਡੇ ਪਿੰਡ ਦਾ ਹੀ ਹੈ? ਹਾਂਜੀ। ਅੱਛਾ, ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਅਸੀਂ ਸਾਫ ਮੰਗਦੇ ਹਾਂ, ਸਾਡੇ ਜਿੰਨਾ ਕੁਛ ਹੋਇਆ ਸਾਨੂੰ ਸਾਫ ਚਾਹੀਦਾ। ਅੱਛਾ, ਹਾਂਜੀ। ਧਮਕੀਆਂ ਬਹੁਤ ਦਿੰਦੇ ਆ, ਮੈਨੂੰ ਡਰਾਉਂਦੇ, ਹਾਲੇ ਫੋਨ ਕਰ ਕਰਕੇ ਧਮਕੀਆਂ ਦਿੰਦੇ ਆ। ਹਾਂਜੀ, ਕੀ ਕਹਿੰਦੇ ਆ? ਉਹ ਕਹਿੰਦੇ ਕਿੱਥੇ ਮਰਜ਼ੀ ਪਾ ਲੈ, ਤੈਨੂੰ ਕੁਛ ਨਹੀਂ ਤੂੰ ਕਰ ਸਕਦੀ। ਅੱਛਾ, ਹਾਂਜੀ, ਧਮਕੀਆਂ ਬਹੁਤ ਦਿੰਦੇ, ਸਵੇਰੇ ਵੀ ਫੋਨ ਆਇਆ, ਤੜਕੇ ਵੀ ਧਮਕੀਆਂ ਦਿੱਤੀਆਂ ਹੈਗੀਆਂ। ਹਾਂਜੀ, ਹੁਣ ਪੁਲਿਸ ਤੋਂ ਕੀ ਮੰਗ ਕਰ? ਪੁਲਿਸ ਤੋਂ ਮੰਗ ਇਹ ਹੋਈ, ਮੈਨੂੰ ਸਾਫ ਚਾਹੀਦਾ, ਮੇਰੀ ਗੱਲ ਸੁਣਨ, ਮੇਰਾ ਕੋਈ ਨਹੀਂ ਹੈਗਾ ਅੱਗੇ ਪਿੱਛੇ। ਕਿੰਨੇ ਬੱਚੇ ਤੁਹਾਡੇ? ਮੇਰੇ ਕੋਲ 3 ਕੁੜੀਆਂ, 1 ਮੁੰਡਾ।